ਇਹ ਨਹੀਂ ਵੀ ਜਿਹਦੇ ਕੋਲ ਪੈਸਾ ਧੇਲਾ ਬੜਾ ਹੈ ਸ਼ਾਇਦ ਬੜਾ ਸੁਖੀ ਹੋਵੇਗਾ, ਇਸ ਤਰ੍ਹਾਂ ਨਹੀਂ ਹੁੰਦਾ ਹੈ। ਵੱਡੇ ਵੱਡੇ ਜੋ ਦਿਸੈ ਲੋਕ ਤਿਨਕੋ ਵਿਆਪੈ ਚਿੰਤਾ ਰੋਗ। ਆਮ ਬੰਦਾ ਇੰਨੇ ਫਿਕਰ ਚਿੰਤਾ ਵਿੱਚ ਨਹੀਂ ਹੋਵੇਗਾ ਜਿੰਨਾ ਵੱਡਾ ਵੱਡਾ ਰਾਜਨੀਤਿਕ ਵੱਡਾ ਵੱਡਾ ਮਾਇਆਧਾਰੀ ਚਿੰਤਾ ਵਿੱਚ ਹੋਵੇਗਾ। ਇਹ ਮਾਇਆ ਦੇ ਬੰਧਨ ਜਿਹੜੇ ਹਨ ਭਜਨ ਕਰਕੇ ਸਿਮਰਨ ਕਰਕੇ ਖੁੱਲ੍ਹਦੇ ਹਨ, ਤਾਂ ਹੀ ਸੁਰਤ ਉੱਪਰ ਉੱਠਦੀ ਹੈ ਜਿਹਦਾ ਆਕਾਸ਼ ਦੀਆਂ ਉਡਾਰੀਆਂ ਲੱਗਦੀਆਂ ਹਨ। ਜਿਉਂ ਜਲ ਕੁੰਚਰ ਤਦੂ ਐ ਬਾਂਦੇ ਹੋ ਹਰ ਚੇਤਿਓ ਮੋਖ ਮੁਖਨੇ। ਰਾਤ ਨੂੰ ਉਦਾਹਰਣ ਮਹਾਰਾਜ ਜੀ ਦਿੰਦੇ ਹਨ, ਜਿਸ ਤਰ੍ਹਾਂ ਕਹਿੰਦੇ ਹਾਥੀ ਨੂੰ ਤੇਂਦੂਏ ਨੇ ਪਕੜ ਲਿਆ ਸੀ, ਆਪਣੀਆਂ ਤਾਰਾਂ ਦੇ ਨਾਲ ਜਕੜ ਲਿਆ ਸੀ। ਜਦ ਉਸਨੇ ਪੁਕਾਰ ਕੀਤੀ ਫਿਰ ਸੁਦਰਸ਼ਨ ਚੱਕਰ ਦੇ ਨਾਲ ਉਹਦੀਆਂ ਤਾਰਾਂ ਨੂੰ ਕੱਟ ਦਿੱਤਾ। ਇਸ ਤਰ੍ਹਾਂ ਬੰਦਾ ਜੇ ਆਪਣੇ ਆਪ ਨੂੰ ਮਹਿਸੂਸ ਕਰੇ ਵੀ ਨਹੀਂ ਮੈਂ ਬੰਧਨਾਂ ਦੇ ਵਿੱਚ ਬੱਝਿਆ ਹੋਇਆ ਹਾਂ, ਹੇ ਪ੍ਰਭੂ ਮੇਰੇ ਬੰਧਨਾਂ ਨੂੰ ਤੂੰ ਤੋੜ, ਮੇਰੇ ਬੰਧਨਾਂ ਨੂੰ ਖੋਲ, ਮੈਨੂੰ ਆਤਮਕ ਆਨੰਦ ਦੀ ਦਾਤ ਦੇ, ਮੇਲ ਲਿਓ ਦਿਆਲ ਢਹਿ ਪਏ ਦੁਆਰਿਆ, ਰੱਖ ਲਿਓ ਦੀਨ ਦਿਆਲ ਭਰਮਤ ਬਹੁ ਹਾਰਿਆ। ਹੁਣ ਕਿਰਪਾ ਕਰਕੇ ਆਪਣੇ ਨਾਲ ਮੇਲ ਲਿਓ, ਸੰਸਾਰ ਦੇ ਮੋਹ ਮਾਇਆ ਵੀ ਇਹ ਸਿਰ ਦਾ ਬੋਝ ਹੀ ਹਨ, ਬੰਧਨ ਹੀ ਹਨ। ਇਸ ਤਰ੍ਹਾਂ ਕਹਿੰਦੇ ਫਿਰ ਮਾਲਕ ਪੁਕਾਰ ਸੁਣ ਕਰਕੇ ਐਸੇ ਜੀਵਾਂ ਦੇ ਗੁਰਮੁਖਾਂ ਦੇ ਬੰਧਨਾਂ ਨੂੰ ਖੋਲ੍ਹ ਦਿੰਦੇ ਹਨ, ਕੱਟ ਦਿੰਦੇ ਹਨ, ਉਹਨਾਂ ਨੂੰ ਮੁਕਤੀ ਦੀ ਦਾਤ ਦੇ ਦਿੰਦੇ ਹਨ। ਸੁਆਮੀ ਪਾਰ ਬ੍ਰਹਮ ਪਰਮੇਸ਼ਰ ਤੁਮ ਖੋਜੋ ਜੋਗ ਜੁਗ ਨੇ। ਕਹਿੰਦੇ ਹੇ ਵਾਹਿਗੁਰੂ ਪਰਮੇਸ਼ਰ ਜੀ, ਹੇ ਮਾਲਕ ਸੁਆਮੀ ਜੀ, ਉਹ ਪਰਮ ਈਸ਼ਵਰ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਹਨ, ਤੁਮ ਖੋਜੋ ਜੁਗ ਜੁਗ ਨੇ, ਜੁਗਾਂ ਜੁਗਾਂ ਤੋਂ ਜਿਹੜੇ ਜੀਵ ਹਨ ਹੇ ਵਾਹਿਗੁਰੂ ਜੀ ਤੁਹਾਡੀ ਖੋਜ ਕਰਦੇ ਆ ਰਹੇ ਹਨ, ਤੁਹਾਨੂੰ ਲੱਭਦੇ ਆ।